हां जी दोस्तों ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇੰਤਜ਼ਾਰ ਤੁਹਾਡਾ ਖਤਮ ਹੋ ਚੁੱਕਿਆ ਇੰਟਰਮੀਡੀਏਟ ਐਗਜ਼ਾਮ ਸ਼ੁਰੂ ਹੋਣ ਜਾ ਰਹੇ ਨੇ ਦਸੰਬਰ ਦੇ ਵਿੱਚ ਹਾਂ ਜੀ ਦੋਸਤੋ ਤੁਸੀਂ ਸਹੀ ਸੁਣਿਆ ਐਗਜ਼ਾਮ ਜਿਹੜੇ ਤੁਹਾਡੇ ਇੰਟਰਮੀਡੀਏਟ ਤੀਜੇ ਪੰਜਵੇਂ ਤੇ ਸੱਤੇ ਸਮੈਸਟਰ ਦੇ ਐਗਜ਼ਾਮ ਸ਼ੁਰੂ ਹੋਣ ਜਾ ਰਹੇ ਨੇ ਕਿਸ ਯੂਨੀਵਰਸਿਟੀ ਐਗਜ਼ਾਮ ਲੈ ਰਹੀ ਆ ਤੇ ਕਿਸ ਤਰੀਕੇ ਨਾਲ ਐਗਜ਼ਾਮ ਹੋ ਸਕਦੇ ਨੇ ਜਰੂਰ ਖਬਰ ਜਾਣਿਓ ਵੀਡੀਓ ਨੂੰ ਸ਼ੁਰੂ ਕਰਦੇ ਆ ਹਾਂ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਗਜ਼ਾਮੀਨੇਸ਼ਨ ਬ੍ਰਾਂਚ ਦੇ ਵਿੱਚੋਂ 5924 CEO ਦੇ ਅਧੀਨ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਸ ਵਿੱਚ ਦੱਸਿਆ ਗਿਆ ਹੈ ਕਿ ਇੰਟਰਮੀਡੀਏਟ ਕੋਰਸਾਂ ਦੇ ਆਡ ਸੈਮੈਸਟਰਾਂ ਦੇ ਲਈ ਦਸੰਬਰ 2020 ਵਿੱਚ ਪ੍ਰੀਖਿਆਵਾਂ ਜਿਹੜੀਆਂ ਨੇ ਉਹ 15 ਦਸੰਬਰ ਤੋਂ ਸ਼ੁਰੂ ਕਰਵਾਈਆਂ ਜਾ ਰਹੀਆਂ ਨੇ ਇਸ ਸੰਬੰਧੀ ਲੋੜਿੰਦੀ ਤੁਰੰਤ ਕਾਰਵਾਈ ਜਿਹੜੀ ਸ਼ੁਰੂ ਕਰ ਦਿੱਤੀ ਜਾਵੇ ਇਹ ਦੱਸਿਆ ਗਿਆ ਹੈ ਕਿ ਬੱਚਿਆਂ ਦੇ ਐਗਜ਼ਾਮ ਸ਼ੁਰੂ ਹੋਣ ਜਾ ਰਹੇ ਨੇ 15 ਦਸੰਬਰ 2020 ਤੋਂ ਇੰਟਰਮੀਡੀਏਟ ਇਗਜ਼ਾਮ ਦੀ ਗੱਲ ਕਰ ਰਹੇ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਹਾਂਜੀ ਜੇਕਰ ਤੁਸੀਂ ਹੋਰ ਕਿਸੇ ਯੂਨੀਵਰਸਿਟੀ ਦੀ ਹੋ ਤੇ ਉਹਨਾਂ ਦੇ ਇਗਜ਼ਾਮ ਦੀ ਡੇਟ ਕਦੋਂ ਆਵੇਗੀ ਤਾਂ ਜਰੂਰ ਮੈਨੂੰ ਥੱਲੇ ਕਮੈਂਟ ਕਰਿਓ ਉਹਦੀ ਵੀ ਆਪਾਂ ਨਵੀਂ ਵੀਡੀਓ ਬਣਾ ਦਵਾਂਗੇ ਠੀਕ ਹੈ ਪਹਿਲਾਂ ਹੀ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸੰਬੰਧਤ ਬਹੁਤ ਸਾਰੀਆਂ ਨਿਊਜ਼ ਅਪਡੇਟ ਬਣਾ ਚੁੱਕੇ ਹਾਂ ਠੀਕ ਹੈ ਜਰੂਰ ਤੁਸੀਂ ਆਪਣੀ ਤਿਆਰੀ ਮੇਰੇ ਚੈਨਲ ਤੇ ਕਰ ਸਕਦੇ ਹੋ ਜਰੂਰ ਜਰੂਰ ਕਿਉਂਕਿ ਤੁਹਾਡੇ ਇਗਜ਼ਾਮ 15 ਦੇ ਸੰਬੰਧ ਵਿੱਚ ਸ਼ੁਰੂ ਹੋਣ ਜਾ ਰਹੇ ਨੇ ਹੁਣ ਆਪਾਂ ਗੱ ਜਿਵੇਂ ਸਾਰੇ ਰਾਜਾਂ ਦੇ ਵਿੱਚ ਸਕੂਲ ਬੰਦ ਹੋ ਰਹੇ ਨੇ ਠੀਕ ਹੈ ਸਾਰੇ ਹੀ ਇਗਜ਼ਾਮ ਰੇਟ ਠੱਪ ਹੋ ਰਹੇ ਨੇ ਜਿਹੜੇ ਇਗਜ਼ਾਮ ਪਹਿਲਾਂ ਆਉਣੇ ਸੀ ਬਾਕੀ ਰਾਜਾਂ ਦੇ ਵਿੱਚ ਇਹ ਹੁਣ ਨੋਟੀਫਿਕੇਸ਼ਨ ਨਮਾ ਜਾਰੀ ਕੀਤਾ ਗਿਆ ਹੈ ਠੀਕ ਹੈ ਤੇ ਉਹ ਇਗਜ਼ਾਮ ਆ ਜਿਹੜੇ ਤੁਹਾਡੇ ਸ਼ਾਇਦ ਆਨਲਾਈਨ ਹੋ ਸਕਦੇ ਨੇ ਲਾਕਡਾਊਨ ਦੀ ਵਜ੍ਹਾ ਤੇ ਠੀਕ ਹੈ ਕਿਉਂਕਿ ਕਈ ਰਾਜਾਂ ਦੇ ਵਿੱਚ ਲੋਕਡਾਊਨ ਲੱਗ ਚੁੱਕਿਆ ਹੈ ਕਿਸਾਨਾਂ ਵਾਲਾ ਮੋਰਚਾ ਵੀ ਚੱਲ ਰਿਹਾ ਹੈ ਇਸ ਦੇ ਅਧੀਨ ਜੇਕਰ ਤੁਹਾਡੇ ਐਗਜ਼ਾਮ ਹੁੰਦੇ ਆ ਤਾਂ ਤੁਹਾਡੇ ਆਨਲਾਈਨ ਹੋ ਸਕਦੇ ਨੇ ਕੁਝ ਪਰਸੈਂਟ ਕਿਹਾ ਜਾ ਸਕਦਾ ਠੀਕ ਹੈ ਬਾਕੀ ਸਾਰੀ ਜਿਹੜੇ ਰੀਅਲ ਇਨਫੋਰਮੇਸ਼ਨ ਜਿਹੜੀ ਨੋਟੀਫਿਕੇਸ਼ਨ ਜਾਰੀ ਹੋਊਗਾ ਉਹ ਤੁਹਾਨੂੰ ਮੈਂ ਨੈਕਸਟ ਵੀਡੀਓ ਚ ਜਰੂਰ ਦੱਸ ਦੂੰਗਾ ਕਿ ਐਗਜ਼ਾਮ ਆਨਲਾਈਨ ਹੋਣਗੇ ਜਾਂ ਆਫਲਾਈਨ ਚਾਹ ਤੱਕ ਤੁਸੀਂ ਇਹ ਵੀਡੀਓ ਨੂੰ ਆਪਣੇ ਦੋਸਤਾਂ ਤੱਕ ਪਹੁੰਚਾ ਦਿਓ ਤਾਂ ਜੋ ਇਹਨਾਂ ਨੂੰ ਇਹ ਸਾਰੀ ਜਾਣਕਾਰੀ ਮਿਲ ਸਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਈਟੀਟੀ ਦੇ ਦੂਸਰੇ ਪੀਪਰ ਦੇ ਲਈ অনলাইন মক টেস্ট ਦੀ ਤਿਆਰੀ ਜਿਸ ਦੇ ਵਿੱਚ ਹੋਣਗੇ ਟੋਟਲ ਤੁਹਾਡੇ ਪੂਰੇ ਪੰਜ ਮੋਕ ਟੈਸਟ ਜੋ ਕਿ ਹੋਣਗੇ ਪੂਰੀ ਤਰੀਕੇ ਨਾਲ ਸਿਲੇਬਸ ਤੇ ਬੇਸਡ ਐਂਡ ਇਹਨਾਂ ਦੀ ਫੀਸ ਰਹੇਗੀ ਸਿਰਫ 299 ਰੁਪਏ ਐਂਡ ਇਹ ਪੇਪਰ ਜੋ ਹੈ ਐਸ ਤੋਂ ਪਹਿਲਾਂ ਤੁਸੀਂ ਲਗਾਨ ਤੋਂ ਪਹਿਲਾਂ ਤੁਸੀਂ ਇੱਕ ਡੈਮੋ ਸੈਕਸ਼ਨ ਨੂੰ ਦੇਖੋਗੇ ਡੈਮੋ ਪੇਪਰ ਦੇਖਣ ਤੋਂ ਬਾਅਦ ਇਨਸਟਰਕਸ਼ਨਸ ਦੇਖਣ ਤੋਂ ਬਾਅਦ ਤੁਸੀਂ ਇਸ ਕੋਰਸ ਨੂੰ ਸਟਾਰਟ ਕਰ ਸਕਦੇ ਹੋ ਐਂਡ ਪੂਰੀ ਤਰੀਕੇ ਨਾਲ ਆਪਣੀ ਤਿਆਰੀ ਦੀ ਪਰਖ ਕਰ ਸਕਦੇ ਹੋ ਐਸ ਤੋਂ ਇਲਾਵਾ ਟੈਟ ਬਜ਼ਰ ਸਿੰਗਲ ਸਬਜੈਕਟ ਦੀ ਤਿਆਰੀ ਵੀ ਕਰਵਾ ਰਿਹਾ ਹੈ ਜ਼ਿਆਦਾ ਜਾਣਕਾਰੀ ਲਈ ਤੁਸੀਂ ਸਾਡੇ ਹੈਲਪਲਾਈਨ ਨੰਬਰ ਤੇ ਸਾਨੂੰ ਕਾਲ ਵੀ ਕਰ ਸਕਦੇ ਹੋ